ਕਿਹੜੀ ਸਰਕਾਰ ਆ ਸਕਦੀ ਹੈ ਕਿਉਂਕਿ 10 ਮਾਰਚ ਆ ਗਈ ਜੀ ਨੇੜੇ ਝਾੜੂ ਦੀ ਹੋਊਗੀ ਜੀ ਅੱਛਾ ਜੀ ਐਨ ਬਹੁਮਤ ਨਾਲ ਆਊ ਸਰਕਾਰ ਪੰਜਾਬ 'ਚ ਕਿਹੜੀ ਆ ਰਹੀ ਹੈ ਜੀ ਕੀ ਲੱਗਦਾ ਵੀ ਹੁਣ ਕੀ ਪਤਾ ਲੱਗਦਾ ਕਿਹੜੀ ਆਊ ਇਹਦਾ ਰੱਬ ਦੇ ਰੋਰੀਆਂ ਨੇ ਠੀਕ ਹੈ ਜੀ ਇਹਦਾ ਟੋਬੇ ਇੱਟ ਹੈ ਇਕੱਠੀ ਇੱਕ ਦੀ ਨਹੀਂ ਆਉਂਦੀ ਸੀ ਸਾਰੀ ਅੱਛਾ ਇੱਕ ਦੀ ਬਹੁਮਤ ਆਉਣੀ ਜੀ ਨਾ ਝਾੜੂ ਦੀ ਲੱਗਦਾ ਜੀ ਝਾੜੂ ਸਰਕਾਰ ਆਊਗੀ ਜੀ ਠੀਕ ਹੈ 80 ਪਲੱਸ ਸੀਟਾਂ ਆਉਣ ਦੀ ਆਸ ਹੈ ਜੀ ਬਾਕੀ ਦੇਖੋ ਰਿਜ਼ਲਟ ਦੱਸੂਗਾ ਝਾੜੂ ਵਾਲੇ ਇਹਨਾਂ ਨੂੰ ਪਾਰਟੀ ਨੂੰ ਕੱਢਣ ਨੂੰ ਫਿਰਦੇ ਆ ਵੀ ਦੋਏ ਅਸੀਂ ਰਹੀਏ ਅਸੀਂ ਲੁੱਟੀਏ ਹੁਣ ਭਾਵੇਂ 7 ਸਾਲ ਲੁੱਟਦੇ ਹੋ ਗਏ ਦੁਬਾਰੀ ਲੁੱਟੀ ਜਾਈਏ ਦੋਏ ਸਰਕਾਰਾਂ ਦਾ ਕੋਈ ਭੇਤ ਨਹੀਂ ਚੱਲਦਾ ਠੀਕ ਹੈ ਜੱਜਮੈਂਟ ਹੋ ਨਹੀਂ ਰਹੀ ਜੱਜਮੈਂਟ ਦਾ ਆਮ ਆਦਮੀ ਚੱਲਦਾ ਜਿਆਦਾ ਠੀਕ ਹੈ ਆਮ ਆਦਮੀ ਪਾਰਟੀ ਦਾ ਬੜਾ ਜੋੜ ਹੈ ਸਾਨੂੰ ਮੈਨੂੰ ਤਾਂ ਇਹ ਲੱਗਦਾ ਜੀ ਵੀ ਬਹੁਮਤ ਤਾਂ ਨਹੀਂ ਮਿਲਦਾ ਕਿਸੇ ਨੂੰ ਕਾਂਗਰਸ ਤੇ ਝਾੜੂ ਦੋਨੇ ਅੱਗੇ ਨੇ ਹਾਂ ਵੀ ਦੋਨੇ ਅਲਾਈਅੰਸ ਕਰਨਗੇ ਇਹਦਾ ਮਤਲਬ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਵਿਧਾਨ ਸਭਾ ਚੋਣਾਂ ਦਾ 10 ਮਾਰਚ ਨੂੰ ਨਤੀਜਾ ਆਉਣਾ ਸੋ 10 ਮਾਰਚ ਲਗਾਤਾਰ ਨੇੜੇ ਆ ਰਹੀ ਆ ਅਤੇ ਪੂਰੇ ਪੰਜਾਬ ਦੇ ਲੋਕ ਨੇ ਚਾਹੇ ਉਮੀਦਵਾਰ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ 10 ਮਾਰਚ ਨੂੰ ਨਤੀਜਾ ਆਵੇਗਾ ਕਿਹੜੀ ਪਾਰਟੀ ਪੰਜਾਬ ਵਿੱਚ ਬਹੁਮਤ ਬਣਾਵੇਗੀ ਕਿਹੜੀ ਪਾਰਟੀ ਨੂੰ ਵੱਧ ਸੀਟਾਂ ਆਉਣਗੀਆਂ ਸੋ ਵੱਡਾ ਸਸਪੈਂਸ ਆ ਗੱਲਬਾਤ ਗਰਾਊਂਡ ਜ਼ੀਰੋ ਤੋਂ ਵੀ ਕਰਾਂਗੇ ਕਿਉਂਕਿ ਲਗਾਤਾਰ ਜਦੋਂ ਗਰਾਊਂਡ ਜ਼ੀਰੋ ਤੋਂ ਜਾਣਕਾਰੀ ਲੈਂਦੇ ਹਾਂ ਤਾਂ ਜੱਜਮੈਂਟ ਹੁੰਦੀ ਆ ਪਤਾ ਲੱਗਦਾ ਕਿ ਕਿਹੜੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾ ਸਕਦੀ ਹੈ ਸੋ ਹਲਕਾ ਸੰਗਰੂਰ ਦੇ ਭਵਾਨੀਗੜ੍ਹ 'ਚ ਮੌਜੂਦ ਹਾਂ ਜਿੱਥੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ 'ਤੇ ਜੋ ਬੱਸਾਂ ਨੇ ਬਠਿੰਡੇ ਨੂੰ ਜਾਂਦੀਆਂ ਨੇ ਚੰਡੀਗੜ੍ਹ ਤੋਂ ਆਉਂਦੀਆਂ ਨੇ ਸੋ ਸਵਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਖੋ ਵੱਖਰੇ ਹਲਕਿਆਂ ਦੇ ਇੱਥੇ ਹੋਰ ਵੀ ਜੋ ਵਾਸੀ ਨੇ ਉਹ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਲਗਾਤਾਰ ਲਵਾਂਗੇ ਵਿਊ ਇੱਧਰ ਬਾਬਾ ਜੀ ਨੇ ਉਹਨਾਂ ਨੂੰ ਪੁੱਛਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਠੀਕ ਠੀਕ ਸਰਕਾਰ ਪੰਜਾਬ 'ਚ ਕਿਹੜੀ ਆ ਰਹੀ ਹੈ ਜੀ ਕੀ ਲੱਗਦਾ ਵੀ ਹੁਣ ਕੀ ਪਤਾ ਲੱਗਦਾ ਕਿਹੜੀ ਆਊ ਇਹਦਾ ਰੱਬ ਦੇ ਰੋਰੀਆਂ ਨੇ ਠੀਕ ਹੈ ਜੀ ਇਹਦਾ ਟੋਬੇ ਇੱਟ ਹੈ ਜੀ ਇਹਦੇ ਬਾਰੇ ਕੋਈ ਨਹੀਂ ਕਹਿ ਸਕਦੇ ਅਸੀਂ ਪਰ ਜੱਜਮੈਂਟ ਹੋ ਜਾਂਦੀ ਹੈ ਜੀ ਕਈ ਵਾਰੀ ਜੱਜਮੈਂਟ ਆਪਾਂ ਕਰਦੇ ਆ ਵੀ ਆਹ ਆ ਜਾਂਦੀ ਹੈ ਜਾਂ ਖਿਚੜੀ ਹੋ ਕੋਈ ਜੱਜਮੈਂਟ ਨਹੀਂ ਹੈਗੀ ਠੀਕ ਹੈ ਰਲ ਕੇ ਬਣੂਗੀ ਅੱਛਾ ਜੀ ਹਾਂ ਇਕੱਠੀ ਇੱਕ ਦੀ ਨਹੀਂ ਆਉਂਦੀ ਸੀ ਸਾਰੀ ਅੱਛਾ ਇੱਕ ਦੀ ਬਹੁਮਤ ਆਉਣੀ ਜੀ ਨਾ ਠੀਕ ਹੈ ਹਾਂ ਰਲ ਮਿਲ ਕੇ ਆਊ ਰਲ ਮਿਲ ਕੇ ਕਿਹੜੀ ਬਣ ਸਕਦੀ ਹੈ ਕਿਉਂਕਿ ਪਾਰਟੀਆਂ ਵੱਖਰੀਆਂ ਨੇ ਕੋਈ ਕਾਂਗਰਸ ਆ ਝਾੜੂ ਵਾਲੇ ਇਹਨਾਂ ਨੂੰ ਪਾਰਟੀ ਨੂੰ ਕੱਢਣ ਨੂੰ ਫਿਰਦੇ ਆ ਵੀ ਦੋਏ ਅਸੀਂ ਰਹੀਏ ਅੱਛਾ ਜੀ ਅਸੀਂ ਲੁੱਟੀਏ ਹੁਣ ਭਾਵੇਂ 7 ਸਾਲ ਲੁੱਟਦੇ ਹੋ ਗਏ ਦੁਬਾਰੀ ਲੁੱਟੀ ਜਾਈਏ ਦੋਏ ਠੀਕ ਹੈ ਜੀ ਹਾਂ ਠੀਕ ਹੈ ਇਹਨਾਂ ਕੋਈ ਨਹੀਂ ਤਾਂ ਆਪਣੇ ਅਸੀਂ ਤੂੜੀ ਪਾਉਣੇ ਆਪਦੇ ਨੋਟਾਂ ਕੋਠੇ ਭਰਦੇ ਨੇ ਭਰਦੇ ਨਹੀਂ ਭਰਦੇ ਲੁੱਟ ਲਓ ਕੋਈ ਨਾ ਸ਼ਨਾਖਤੀ ਨਹੀਂ ਕੋਈ ਵਾਸਤਾ ਨਹੀਂ ਜਿਹੜਾ ਲੁੱਟ ਕੇ ਲੈ ਗਿਆ ਲੈ ਗਿਆ ਇਹ ਕੰਮ ਹੈ ਜੀ ਹੁਣ ਤਾਂ ਵਿੱਚ ਲੋਕ ਕਹਿ ਰਹੇ ਨੇ ਬਦਲਾਵ ਲਿਆਉਣਾ ਜੀ ਐਤਕੀ ਉਹ ਗੱਲ ਹੈਗੀ ਆ ਉਹ ਤਾਂ ਹੈਗਾ ਜ਼ਰੂਰ ਆ ਉਹ ਤਾਂ ਹੈਗਾ ਵੀ ਇਹਨਾਂ ਬਦਲਾਓ ਇਹ ਬਹੁਤਾਂ ਕਰਦੇ ਨੇ ਦੋਏ ਪਾਰਟੀਆਂ ਅਕਾਲੀ ਵੀ ਕਾਂਗਰਸ ਵੀ ਅੱਛਾ ਵੀ ਇਹਦਾ ਮਤਲਬ ਆਮ ਆਦਮੀ ਪਾਰਟੀ ਲਿਆ ਸਕਦੇ ਨੇ ਲੋਕ ਆ ਸਕਦੇ ਆ ਸਕਦੇ ਆ ਸੌ ਬਿਸਵੇ ਹਾਂ ਫਿਰ ਕੁਦਰਤ ਦੇਖੋ ਕੀ ਬਣਦਾ ਆਪਣਾ ਹਲਕਾ ਕਿਹੜਾ ਇਹੀ ਹੈ ਜੀ ਸੰਗਰੂਰ ਸੰਗਰੂਰ ਹੈ ਜੀ ਅੱਛਾ ਜੀ ਜੇ ਸੰਗਰੂਰ ਤੋਂ ਲਈਏ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੱਜਮੈਂਟ ਸੰਤਾ ਹੀ ਆ ਇੱਥੇ ਆ ਕੋ ਕੁੜੀ ਵਾਹ ਜਿਹੜੀ ਆਮ ਤਾਂ ਹਾਂ ਨਰਿੰਦਰ ਕੌਰ ਬਰਾਜ ਆਮ ਆਦਮੀ ਪਾਰਟੀ ਹਾਂ ਸੰਤਾ ਇਹੀ ਆਸ ਹੈ ਵੀ ਇਹੀ ਜਿੱਤੂ ਸਾਰਿਆਂ 'ਚ ਇਹੀ ਹਵਾ ਆਉਂਦੀ ਆ ਵੀ ਇਹੀ ਜਿੱਤੂ ਵੀ ਹਾਂ ਪੱਕੀ ਹੈ ਵੀ ਇਹ ਜਿੱਤੂ ਬਾਕੀ ਪੰਜਾਬ ਦੀ ਗੱਲ ਲਾਈਏ ਜੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਵੀ ਖਿਚੜੀ ਹੋ ਜੂ ਜੇ ਸੀਟਾਂ ਨਾ ਪੂਰੀਆਂ ਹੋਈਆਂ ਕੀ ਲੱਗਦਾ ਸਰਕਾਰ ਕਿਹੜੀ ਬਣ ਸਕਦੀ ਹੈ ਜੀ ਇਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਇਕੱਠ ਜੋੜ ਦੀ ਅਕਾਲੀ ਦੇ ਕਾਂਗਰਸ ਇਕੱਠੇ ਹੋਣਗੇ ਸਭ ਬਸ ਬਈ ਠੀਕ ਹੈ ਜੀ ਬਾਕੀ ਆ ਦੂਜੇ ਵੀ ਹੋਊ ਜੀ ਭਾਜਪਾ ਵੀ ਹੋਣਗੇ ਨਾਲ ਇਹਨਾਂ ਦੇ ਵੀ ਇਹ ਨਾ ਆ ਜਾਣ ਝਾੜੂ ਵਾਲੇ ਨਾ ਪਰ ਰਜਿੰਦਰ ਕੌਰ ਭੱਠਲ ਇਹ ਗੱਲ ਕਹਿ ਰਹੀ ਹੈ ਜੀ ਵੀ ਅਸੀਂ ਜੇ ਸਾਡੀ ਬਹੁਮਤ ਨਾ ਆਈ ਅਸੀਂ ਆਮ ਆਦਮੀ ਪਾਰਟੀ ਨਾਲ ਮਤਲਬ ਬਹੁਮਤ ਕਰ ਸਕਦੇ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਕਰ ਸਕਦੇ ਕਰ ਸਕਦੇ ਨੇ ਫਿਰ ਜੇ ਹੁਣ ਮਨ ਚ ਹੂ ਠੀਕ ਹੈ ਜੀ ਹਾਂ ਫਿਰ ਸਭ ਕੁਝ ਠੀਕ ਆ ਜੂ ਠੀਕ ਹੈ ਹਾਂ ਇਹ ਤਾਂ ਕਹਿੰਦੇ ਸਾਡੀ ਲੁੱਟ ਮਰ ਜਾਵੇ ਤੀਜੀ ਪਾਰਟੀ ਕਿ ਅਸੀਂ ਕੁਲਾ ਖਾਨ ਤੋਂ ਮਰ ਜਾਾਂਗੇ ਠੀਕ ਹੈ ਇਹ ਗੱਲ ਤੇ ਮਰ ਰਹੇ ਨੇ ਹੁਣ ਪੂਰੇ ਡਟੇ ਖੜੇ ਨੇ ਠੀਕ ਹੈ ਦੋ ਤਿੰਨੇ ਪਾਰਟੀਆਂ ਬਿਲਕੁਲ ਨਾ ਪਰ ਕੀ ਲੱਗਦਾ ਤੁਹਾਨੂੰ ਜੇ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਆਉਣ ਵਾਲੇ ਸਮੇਂ 'ਚ ਗੱਠਜੋੜ ਵੀ ਹੁੰਦਾ ਰਲ ਮਿਲ ਕੇ ਚੱਲ ਜੂ ਜੀ ਕੰਮ ਕਿਉਂਕਿ ਉਹਨਾਂ ਦੀਆਂ ਹੋਰ ਕੋਈ ਅਲੱਗ ਅਲੱਗ ਸੋਚਣੀਆਂ ਨੇ ਉਹ ਪੁਰਾਣੀਆਂ ਪਾਰਟੀਆਂ ਕੰਮ ਨਾ ਹੋ ਜੇ ਕਿਹੜਾ ਦਿੱਲੀ 'ਚ ਲੈਤੀ ਇਸ ਤਰ੍ਹਾਂ ਹੀ ਥੋੜ੍ਹੇ ਚਿਰ 'ਚ ਫਿਰ ਨਸੀਬਾ ਦੇਣਾ ਪਏਗਾ ਉਹਨੂੰ ਕੇਰੀ ਬਾਲ ਨੂੰ ਦੁੱਧ ਦਿੱਤਾ ਨਹੀਂ ਦਿੱਤਾ ਦੁਬਾਰੇ ਫਿਰ ਉਹਦੇ ਵੋਟਾਂ ਪੈ ਕੇ ਫਿਰ ਪਾਸ ਹੋਇਆ ਉਹ ਕਿਤੇ ਇਹ ਕੰਮ ਨਾ ਹੋ ਜੇ ਦੁਬਾਰੇ ਤਾਂ ਫਿਰ ਦੁਬਾਰਾ ਜੇ ਵੋਟਾਂ ਪੈ ਗਈਆਂ ਫਿਰ ਪਾਸ ਹੋ ਸਕਦਾ ਇੱਥੇ ਪੰਜਾਬ 'ਚ ਹੋ ਸਕਦਾ ਫਿਰ ਹੋਣਗੇ ਹਾਂ ਫਿਰ ਮੈਂ ਲੋਕਾਂ ਮਨਾਂ 'ਚ ਫਰਕ ਜਾ ਰਹਿੰਦਾ ਪੂਰਾ ਬਿਲਕੁਲ ਜੀ ਸੋ ਵੱਖੋ ਵੱਖਰੇ ਪ੍ਰਤੀਕਰਮ ਨੇ ਵੱਖੋ ਵੱਖਰੀਆਂ ਗੱਲਾਂ ਨੇ ਕਿ ਇਹ ਸਰਕਾਰ ਆ ਸਕਦੀ ਆ ਕਿਉਂਕਿ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਨੇ ਇੱਕ ਬਿਆਨ ਦਿੱਤਾ ਕਿ ਅਲਾਈਜ ਹੋ ਸਕਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅਲਾਈਜ ਹੋ ਸਕਦਾ ਸੋ ਵੱਖੋ ਵੱਖਰੇ ਪ੍ਰਤੀਕਰਮ ਵੀ ਲਵਾਂਗੇ ਵਿਊ ਵੀ ਲਵਾਂਗੇ ਕਿਉਂਕਿ ਲੋਕਾਂ ਦਾ ਕੀ ਕਹਿਣਾ ਜਦੋਂ ਗੱਲਬਾਤ ਕਰਦੇ ਹਾਂ
कि पार्टी आ सकती है, क्योंकि 10 मार्च बिल्कुल नेड़े आ रही है। नौजवान बई जी साढ़े मौजूद ने। हाँ जी वीर जी, की नाम है जी? गुरविंदर सिंह जी। गुरविंदर जी, की लगता पंजाब कि सरकार आ सकती है, क्योंकि 4 दिन रह गए जी नतीजे आने ने चोणों के? झाड़ू द ही लगता जी। अच्छा। झाड़ू सरकार आऊगी जी। ठीक है, 80+ सीटा आने की आस है जी, बाकी देखो रिजल्ट दसूगा। अच्छा, 80+ आन गया? हाँ जी। ਬਾਕੀ ਕੀ ਲੱਗਦਾ ਤੁਸੀਂ ਇਸੇ ਹਲਕੇ ਤੋਂ? ਨਹੀਂ ਜੀ, ਮੈਂ ਮਾਨਸਾ ਤੋਂ ਸਿੱਧੂ ਮੂਸੇ ਵਾਲੇ ਦੇ ਜੀ। ਅੱਛਾ, ਠੀਕ ਆ ਠੀਕ ਆ। ਸਿੱਧੂ ਮੂਸੇ ਵਾਲਾ ਜਿੱਤਣਗੇ ਫਿਰ ਕੀ ਲੱਗਦਾ? ਨਹੀਂ ਜੀ, ਨਹੀਂ ਜਿੱਤਦੇ। ਅੱਛਾ ਅੱਛਾ, ਉੱਥੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਊ? ਬਿਲਕੁਲ ਜੀ, ਡਾਕਟਰ ਸਿੰਗਲਾ ਜਿੱਤਣਗੇ ਜੀ, ਵਿਜੇ ਸਿੰਗਲਾ। ਹਾਂਜੀ, ਨਹੀਂ ਪਰ ਯਾਰ ਨੌਜਵਾਨ ਬੜੇ ਫੈਨ ਨੇ ਸਿੱਧੂ ਮੂਸੇ ਵਾਲੇ ਦੇ, ਉਹ ਗੀਤ ਸੁਣਦੇ ਨੇ ਵੀ ਸੁਣਦੇ ਆ ਜੀ। ਰਾਜਨੀਤੀ ਰਾਜਨੀਤਿਕ ਹੋਰ ਚੀਜ਼ ਹੈ ਜੀ, ਉਹ ਗੀਤ ਹੋਰ ਗੱਲ ਆ ਗਈ। ਗੀਤ ਜਿਵੇਂ ਮਰਜ਼ੀ ਸੁਣਦੇ ਰਹਿਣ, ਪਰ ਰਾਜਨੀਤੀ ਲਈ ਬੰਦੇ ਜਿਹੜੇ ਚੰਗੇ ਬੰਦੇ ਮੂਹਰੇ ਲਿਆਉਣੇ ਚਾਹੀਦੇ ਆ ਜੀ। ਇਹ ਜ਼ਰੂਰੀ ਥੋੜ੍ਹੀ ਹੈ ਵੀ ਜੇ ਕੋਈ ਗੀਤ ਗਾਉਂਦਾ ਉਹ ਚੰਗਾ ਗਾ, ਫੈਨ ਫੋਲੋਇੰਗ ਵੋਟਾਂ ਦੀ ਨਹੀਂ ਹੁੰਦੀ ਜੀ। ਬਿਲਕੁਲ, ਨੌਜਵਾਨ ਬਾਈ ਜੀ ਹਲਕਾ ਮਾਨਸਾ ਤੋਂ, ਜਿੱਥੋਂ ਸਿੱਧੂ ਮੂਸੇ ਵਾਲੇ ਕਾਂਗਰਸ ਦੇ ਉਮੀਦਵਾਰ ਨੇ, ਅਤੇ ਕਹਿ ਰਹੇ ਨੇ ਕਿ ਜੋ ਵੀ ਗੀਤ ਸੁਣਨ ਵਾਲੇ ਨੇ ਨੌਜਵਾਨ, ਉਹ ਵੋਟਾਂ ਨਹੀਂ ਦੇ ਕੇ ਪਾਉਂਦੇ। ਸੋ ਗੱਲਬਾਤ ਵੀ ਕਰਾਂਗੇ ਵੱਖੋ ਵੱਖਰੇ ਹਲਕੇ ਦੇ। ਹਾਂਜੀ ਬਾਈ ਜੀ, ਕੀ ਨਾਮ ਆ ਜੀ? ਪਰਮਜੀਤ ਸਿੰਘ। ਪਰਮਜੀਤ ਜੀ, ਕਿਹੜੇ ਹਲਕੇ ਚੋਂ ਤੁਸੀਂ? ਭਵਾਨੀਗੜ ਤੋਂ। ਇੱਥੇ ਭਵਾਨੀਗੜ ਤੋਂ? ਭਵਾਨੀਗੜ। ਕੀ ਲੱਗਦਾ ਹਲਕਾ ਸੰਗਰੂਰ 'ਚ ਕਿਹਦੀ ਸਰਕਾਰ ਆ ਸਕਦੀ? ਹਲਕਾ ਸੰਗਰੂਰ 'ਚ ਤਾਂ ਝਾੜੂ ਦੀ ਚਾਂਸ ਹੈਗਾ। ਅੱਛਾ ਜੀ। ਹਾਂਜੀ, ਜੇ ਪੰਜਾਬ ਲੈਵਲ 'ਤੇ ਦੇਖੀਏ, ਪੰਜਾਬ ਲੈਵਲ 'ਤੇ ਵੀ ਆਮ ਆਦਮੀ ਪਾਰਟੀ ਆ ਸਕਦੀ? ਪੰਜਾਬ ਲੈਵਲ 'ਤੇ ਆ ਸਕਦੀ ਹੈ। ਠੀਕ ਹੈ। ਹਾਂਜੀ, ਤੁਹਾਨੂੰ ਕੀ ਲੱਗਦਾ ਕਿਉਂ ਝਾੜੂ ਦੀ ਸਰਕਾਰ ਆ ਰਹੀ ਹੈ? ਕਿਉਂਕਿ ਪਹਿਲਾਂ ਕੈਬਨਿਟ ਮਿਨਿਸਟਰ ਵੀ ਰਹੇ ਨੇ ਵਿਜੇਂਦਰ ਸਿੰਗਲਾ, ਕਾਂਗਰਸ ਦੀ ਸਰਕਾਰ ਰਹੀ ਹੈ, ਕਾਂਗਰਸ ਨੇ ਵਧੀਆ ਕੰਮ ਕੀਤੇ ਜਾਂ ਨਹੀਂ ਕੀਤੇ? ਦੇਖੋ, ਕੰਮਾਂ ਬਾਰੇ ਇਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਨੇ ਕੀ ਕੀਤਾ। ਠੀਕ ਹੈ, ਪਹਿਲਾਂ 10 ਸਾਲ ਸਰਕਾਰ ਉਹਨਾਂ ਦੀ ਰਹਿ ਗਈ ਹੈ। ਠੀਕ ਹੈ, ਉਹ ਕਹਿੰਦੇ ਨੇ ਸਾਡੇ ਉਹ ਤੇ ਇਹ ਕੰਮ ਇਹ ਕਰਵਾ ਰਹੇ ਨੇ, ਉਲਟਾ ਹੋ ਚੱਲ ਰਿਹਾ। ਠੀਕ ਹੈ। ਅੱਛਾ, ਕੁੱਲ ਮਿਲਾ ਕੇ ਲੱਗਦਾ ਵੀ ਬਦਲਾਅ ਹੋਏ ਕਿ? ਹਾਂਜੀ ਹਾਂ, ਬਦਲਾਅ ਹੋਊਗਾ ਜੀ। ਠੀਕ ਹੈ, ਪੱਕਾ ਜੀ। ਬਿਲਕੁਲ ਜੀ, ਸੋ ਪ੍ਰਤੀਕਰਮ ਵੱਖੋ ਵੱਖਰੇ ਨੇ। ਬਾਈ ਜੀ ਵੀ ਸਾਡੇ ਨਾਲ ਮੌਜੂਦ ਨੇ। ਹਾਂਜੀ ਬਾਈ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਬਹੁਤ ਵਧੀਆ। ਹੋਰ ਸੁਣਾ, ਕੀ ਲੱਗਦਾ ਸਰਕਾਰ ਕਿਹੜੀ ਆ ਸਕਦੀ? ਸਰਕਾਰਾਂ ਦਾ ਕੋਈ ਭੇਤ ਨਹੀਂ ਚੱਲ ਰਿਹਾ। ਠੀਕ ਹੈ, ਜਜਮੈਂਟ ਹੋ ਨਹੀਂ ਰਹੀ? ਜਜਮੈਂਟ ਤਾਂ ਆਮ ਆਦਮੀ ਚੱਲ ਰਿਹਾ ਜ਼ਿਆਦਾ। ਠੀਕ ਹੈ, ਆਮ ਆਦਮੀ ਪਾਰਟੀ ਦਾ ਬੜਾ ਜ਼ੋਰ ਹੈ। ਹਲਕਾ ਸੰਗਰੂਰ 'ਚ ਆਮ ਆਦਮੀ ਪਾਰਟੀ ਲਈ ਆ ਸਕਦੀ? ਹਾਂਜੀ ਹਾਂ, ਨਰਿੰਦਰ ਕੌਰ ਮਹਾਰਾਜ 100% ਆ। ਟੱਕਰ ਲਾਈਏ, ਟੱਕਰ ਕਿਹੜੀ ਪਾਰਟੀ ਨਾਲ? ਟੱਕਰ ਤਾਂ ਸਿੰਗਲਾ ਸਾਹਿਬ ਨਾਲ ਹੋਊਗੀ। ਠੀਕ ਹੈ, ਕਾਂਗਰਸ ਪਾਰਟੀ ਨਾਲ? ਹਾਂਜੀ ਹਾਂ। ਪੰਜਾਬ ਲੈਵਲ ਦੀ ਗੱਲ ਕਰੀਏ, ਪੰਜਾਬ 'ਚ ਬਹੁਤ ਮਤ ਆ ਸਕਦੀ ਆ, ਕੀ ਤੁਹਾਡਾ ਅਨੁਮਾਨ ਆ? ਮੈਂ ਤਾਂ ਕਹਿੰਦਾ 50 ਤੋਂ 55 ਸੀਟਾਂ ਆ ਸਕਦੇ ਨੇ ਵੱਧ ਤੋਂ ਵੱਧ। ਠੀਕ ਹੈ, ਬਹੁਤ ਮਤ ਨਹੀਂ ਹੋ ਸਕਦਾ। ਕਿਹਨੂੰ? ਆਮ ਆਦਮੀ ਪਾਰਟੀ ਨੂੰ ਆ ਸਕਦੀ? ਆਮ ਆਦਮੀ ਪਾਰਟੀ ਨੂੰ। ਠੀਕ ਹੈ, ਗੱਠਜੋੜ ਦੇ ਬਿਨਾਂ ਸਰਕਾਰ ਨਹੀਂ ਚੱਲਦੀ ਕਿਸੇ ਦੀ। ਬਿਲਕੁਲ, ਜੇ ਆਪਾਂ ਗੱਲਬਾਤ ਕਰੀਏ, 50-55 ਆ ਗਈਆਂ, ਫਿਰ ਗੱਠਜੋੜ ਆਮ ਆਦਮੀ ਪਾਰਟੀ ਕਿਹਦੇ ਨਾਲ ਹੋਊ ਜਾਂ ਹੋਰ ਪਾਰਟੀਆਂ ਕਰਨ? ਮੈਂ ਤਾਂ ਰਾਤ ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ ਸੁਣਿਆ ਸੀਗਾ, ਉਹ ਕਹਿੰਦੇ ਵੀ ਸਾਡੇ ਨਾਲ ਦਿੱਲੀ 'ਚ ਇਹਨਾਂ ਨੇ ਕੰਪਰੋਮਾਈਜ਼ ਕੀਤਾ ਜੀ, ਅਸੀਂ ਇੱਥੇ ਪੰਜਾਬ 'ਚ ਕਰਾਂਗੇ। ਠੀਕ ਹੈ, ਮੈਂ ਰਾਤ ਸੁਣਿਆ ਸੀ ਦਿੱਲੀ ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ, ਹਾਂ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੇ ਹਾਂ ਵੀ, ਕਿਉਂਕਿ ਅਕਾਲੀ ਦਲ ਨਾਲ ਨਹੀਂ ਕਰ ਸਕਦੇ, ਬੀਜੇਪੀ ਨਾਲ ਨਹੀਂ ਕਰ ਸਕਦੇ। ਤੁਹਾਨੂੰ ਕੀ ਲੱਗਦਾ ਵੀ ਦਿੱਲੀ 'ਚ ਤਾਂ ਕੀਤਾ ਸੀ, ਉੱਥੇ ਤਾਂ ਚੱਲਿਆ ਨਹੀਂ ਜੀ, ਟੁੱਟ ਗਈ ਸਰਕਾਰ, ਇੱਥੇ ਚੱਲ ਸਕਦਾ ਜੇ ਕਰ? ਦੇਖੋ, ਖਿਚੜੀ ਬਣ ਸਕਦੀ ਹੈ ਪਰ ਬਾਅਦ ਮੈਂ, ਬਾਅਦ ਮੈਂ ਖਿਚੜੀ ਵੀ ਹੋ ਸਕਦੀ ਹੈ, ਕੋਈ ਜ਼ਰੂਰ ਨਹੀਂ, ਆਪੋ ਆਪਣੇ ਸਰ ਤੋਂ ਰੱਖ ਸਕਦੇ ਹਾਂ ਮੂਹਰੇ। ਬਾਕੀ ਦਿੱਲੀ ਵਾਲੀ ਕੰਮ ਨਾ ਹੋਵੇ, ਕਿਤੇ ਦੁਬਾਰਾ ਵੋਟਾਂ ਪੈਣ ਜੀ, ਫਿਰ ਸਰਕਾਰ ਭੰਗ ਹੋ ਜਾਵੇ, ਨਾ ਕਿਤੇ ਨਾ ਕਿਤੇ ਅਲਾਈਂਸ ਹੋਵੇ, ਇਹਦਾ ਹੋ ਸਕਦਾ ਗੁਰਨੀ ਰਾਜ ਵੀ ਲੱਗ ਸਕਦਾ। ਹਾਂ, ਕੋਈ ਜ਼ਿਆਦਾ ਟਾਈਮ ਨਹੀਂ, ਜੇ ਸਿੱਧੀ ਰੀਤੀ ਬੈਠ ਗਈ ਤਾਂ ਸਰਕਾਰ ਚੱਲ ਸਕਦੀ ਹੈ, ਜੇ ਨਾ ਰੀਤੀ ਸਿੱਧੀ ਬੈਠੀ ਤਾਂ ਗੁਰਨੀ ਰਾਜ ਲੱਗੂਗਾ। ਠੀਕ ਹੈ, ਬਿਲਕੁਲ ਬਾਈ ਜੀ, ਤੁਸੀਂ ਕਿਹਾ ਆਮ ਆਦਮੀ ਪਾਰਟੀ, ਦੂਜੀਆਂ ਵੱਡੀਆਂ ਪਾਰਟੀਆਂ ਨੇ, ਕਾਂਗਰਸ ਅਕਾਲੀ ਦਲ, ਇਹਦੇ ਕੀ ਬਦਲਾਅ ਕਿਉਂ ਚਾਹੁੰਦੇ ਨੇ ਲੋਕ? ਲੋਕਾਂ ਨੂੰ ਪਤਾ ਮਨ ਦੇ ਵਿੱਚ ਕੀ ਆ ਗਿਆ, 10 ਸਾਲ ਉਹ ਕਰਕੇ, 5 ਸਾਲ ਇਹ ਕਰਕੇ, ਕਦੇ ਉਹ ਆ ਗਏ, ਕਦੇ ਉਹ ਆ ਗਏ, ਮਤਲਬ ਕੱਲਾ ਗਲੀਆਂ ਨਾਲ ਕੰਮ ਰਹਿ ਗਿਆ, ਕਦੇ ਪਿੰਡਾਂ 'ਚ ਵਿਕਾਸ ਕਰਤਾ ਜੀ, ਗਲੀਆਂ ਨਾਲ ਕੋਈ ਸਿਰ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਦਾ, ਔਰ ਨਸ਼ੇ ਵੱਲ ਵੱਧ ਤੋਂ ਹੋਏ ਨੇ, ਜਿੰਨੀਆਂ ਨੌਜਵਾਨੀਆਂ ਨਸ਼ੇ ਕਣੀ ਜ਼ਿਆਦਾ ਜਾ ਰਹੀ ਆ, ਅਤੇ ਮਤਲਬ ਕਿ ਦੂਜਾ ਜਿਹੜਾ ਰੁਜ਼ਗਾਰ ਵਾਲਾ ਕੰਮ ਤਾਂ ਕਿਸੇ ਪਾਸੇ ਨਹੀਂ, ਜਿੱਥੇ ਦੇਖ ਲਓ ਸਿਸਟਮ ਠੇਕੇਦਾਰੀ ਆ, ਠੇਕੇਦਾਰ 20,000 ਰੁਪਏ ਤਨਖਾਹ ਮਿਲ ਜਾ, ਅਤੇ ਮਜ਼ਦੂਰ ਨੇ 14,000 ਦੇ ਰਹੇ ਨੇ, 6,000 ਕਦੇ ਬੈਠੇ ਖਾ ਰਹੇ ਨੇ, ਉਹੀ ਤਨਖਾਹ ਕਿਉਂ ਨਾ ਇਹਨਾਂ ਨੂੰ ਦਿੱਤੀ ਜਾਵੇ, ਲੋਕਾਂ ਦਾ ਰੁਝਾਨ ਜਿਹੜਾ ਸਿੱਧਾ ਇੱਧਰ ਹੋ ਜਾਊਗਾ। ਬਿਲਕੁਲ ਜੀ, ਬਿਲਕੁਲ, ਵੱਖੋ ਵੱਖਰੇ ਪ੍ਰਤੀਕਰਮ, ਕਿ ਰੁਜ਼ਗਾਰ ਨਹੀਂ ਹੈਗਾ, ਦਿੱਕਤਾਂ ਨੇ ਤਾਂ ਬਦਲਾਵ ਆ ਰਿਹਾ, ਲਗਾਤਾਰ ਗੱਲਬਾਤ ਵੀ ਜਾ ਰਹੀ ਆ ਬਾਈ ਜੀ ਨਾਲ ਦੇ। ਬਾਈ ਜੀ, ਕੀ ਨਾਮ ਆ ਜੀ ਆਪਣਾ? ਦਰਸ਼ਨ ਸਿੰਘ ਹੈ ਜੀ। ਦਰਸ਼ਨ ਸਿੰਘ ਜੀ, ਕਿਵੇਂ ਦੇਖਦੇ ਹੋ ਕਿਹੜੀ ਸਰਕਾਰ ਆ ਸਕਦੀ ਹੈ, ਕਿਉਂਕਿ 10 ਮਾਰਚ ਆ ਗਈ ਜੀ ਨੇੜੇ? ਝਾੜੂ ਦੀ ਆਊਗੀ ਜੀ। ਅੱਛਾ ਜੀ, ਐਂ ਬਹੁਮਤ ਨਾਲ ਆਊਗੀ। ਠੀਕ ਹੈ, ਹਾਂਜੀ, ਪਰ ਕਾਂਗਰਸ ਸਰਕਾਰ ਕਹਿ ਰਹੀ ਜੀ ਬਹੁਤ ਵੱਡੇ ਵਿਕਾਸ ਕਾਰਜ ਕੀਤੇ ਨੇ ਜੀ। ਵਿਕਾਸ ਕਾਰਜ ਦਿਖਦਾ ਤਾਂ ਹੈ ਨਹੀਂ ਕੋਈ। ਠੀਕ ਹੈ, ਜੇ ਦੀ ਕਹੂਗਾ ਤਾਂ ਹੀ ਹੋਊਗਾ। ਠੀਕ ਹੈ, ਇੱਥੇ ਵੀ ਹਲਕਾ ਸੰਗਰੂਰ ਦੀ ਗੱਲ ਕਰੀਏ ਤਾਂ ਕਿਹੜੀ ਪਾਰਟੀ? ਉਰੇ ਦਾ ਭਰਾ ਜਿਹਦੀ ਹੋਊ ਜੀ। ਅੱਛਾ, ਹਾਂ ਜਿੱਤੋ ਜੀ। ਟੱਕਰ, ਟੱਕਰ ਦਾ ਸਿੰਗਲਾ ਸਰ? ਸਿੰਗਲੇ ਨਾਲ ਜੀ। ਹਾਂਜੀ, ਪੂਰੇ ਪੰਜਾਬ 'ਚ ਅਨੁਮਾਨ ਇਹ ਵੀ ਲਾਇਆ ਜਾਂਦਾ ਵੀ ਬਹੁਮਤ ਨਹੀਂ ਆਉਣੀ ਜੀ? ਆਊ ਜੀ, 100% ਆਊ। ਅੱਛਾ, ਹਾਂ, ਜਿਵੇਂ ਲੋਕਾਂ ਦਾ ਰੁਝਾਨ ਆ ਤਾਂ ਆਊਗੀ। ਠੀਕ ਹੈ, ਤਾਂ ਕਿੰਨੀਆਂ ਸੀਟਾਂ ਲੱਗਦੀਆਂ ਨੇ ਜੱਜਮੈਂਟ? ਮੇਰੇ ਹਿਸਾਬ 'ਚ ਤਾਂ 70 ਸੀਟਾਂ ਚਾਹੀਦੀਆਂ ਨੇ ਜੀ। ਅੱਛਾ, ਹਾਂਜੀ।
ਬਾਈ ਜੀ ਮੌਜੂਦ ਨੇ ਸਾਡੇ ਨਾਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਦੱਸ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਤੁਸੀਂ ਵੀ ਅਨੁਮਾਨ ਜੱਜਮੈਂਟ ਆ ਜੀ, ਆਪਣੀ ਜੱਜਮੈਂਟ ਆ। ਮੈਨੂੰ ਤਾਂ ਇਹ ਲੱਗਦਾ ਜੀ ਵੀ ਬਹੁਮਤ ਤਾਂ ਨਹੀਂ ਮਿਲਦਾ ਕਿਸੇ ਨੂੰ, ਕਾਂਗਰਸ ਤੇ ਝਾੜੂ ਦੋਨੇ ਅੱਗੇ ਨੇ। ਹਾਂ, ਦੋਨੇ ਅਲਾਇੰਸ ਕਰਨਗੇ ਦਾ ਮਤਲਬ? ਦੋਨੇ ਇਹ ਨਹੀਂ ਪਤਾ, ਕਰ ਸਕਦੇ ਨੇ, ਪਰ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਝਾੜੂ ਜੀ ਬਹੁਮਤ ਨਹੀਂ ਮਿਲਦਾ ਝਾੜੂ ਨੂੰ। ਬਾਈ ਜੀ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਆ ਵੀ ਬੀਜੇਪੀ ਵੀ ਇੱਕ ਬਿਆਨ ਦਾਗ ਰਹੀ ਆ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ। ਹੋ ਸਕਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਉਨੀਆਂ ਸੀਟਾਂ ਆ ਜਾਣ ਅਤੇ ਬੀਜੇਪੀ ਨੂੰ ਅੱਜ ਵੀ ਅਲਾਇੰਸ ਇਹਨਾਂ ਦਾ ਹੋ ਸਕਦਾ ਜੀ, ਹੋ ਸਕਦਾ। ਹਾਂ, ਸਰਕਾਰ ਬਣਾ ਸਕਦੀ ਹੈ ਬੀਜੇਪੀ ਵੀ? ਹਾਂ ਹਾਂ ਹਾਂ, ਜੇ ਮੰਨ ਲੈ, ਵੈਸੇ ਅਕਾਲੀਆਂ ਦਾ ਤਾਂ ਚਾਂਸ ਹੈ ਨਹੀਂ ਇੰਨੇ, ਉਹਨਾਂ ਨੂੰ ਸੀਟਾਂ ਘੱਟ ਆਉਣਗੀਆਂ। ਜੇ ਉਹ ਗੱਠਜੋੜ ਵੀ ਕਰ ਲੈਂਦੇ ਨੇ ਫਿਰ ਵੀ ਸਰਕਾਰ ਬਣਦੀ ਨਹੀਂ ਹੈ। ਹਾਂ, ਉਨੀ ਬਹੁਤ ਬਣਦੀ ਨਹੀਂ 59 ਸੀਟਾਂ ਦੀ। ਹਾਂ ਹਾਂ ਹਾਂ, ਬਹੁਮਤ ਉਹਨਾਂ ਨੂੰ ਦੋਨਾਂ ਨੂੰ ਮਿਲ ਕੇ ਵੀ ਮੁਸ਼ਕਲ ਆ। ਬਾਕੀ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਦਿੱਲੀ 'ਚ ਬਹੁਮਤ ਕੀਤਾ ਸੀ, ਉਸ ਤੋਂ ਬਾਅਦ ਸਰਕਾਰ ਟੁੱਟ ਗਈ, ਚੱਲੀ ਨਹੀਂ ਉਰੇ, ਚੱਲ ਸਕਦੀ ਹੈ ਜੇ ਇਹਨਾਂ ਦੀ ਅਲਾਇੰਸ ਹੋਇਆ ਆਪਸ ਵਿੱਚ? ਨਹੀਂ, ਫਿਰ ਹੋਰ ਕਰਨਗੇ ਵੀ ਕਿਸੇ ਦੀ ਇਕੱਲੇ ਨੂੰ ਤਾਂ ਬਹੁਮਤ ਮਿਲਣਾ ਨਹੀਂ, ਅਕਸਰ ਕਿਸੇ ਨਾ ਕਿਸੇ ਨਾਲ ਤਾਂ ਉਹ ਕਰਨਗੀ। ਬੀਜੇਪੀ ਨਾਲ ਉਹ ਕਰਦੇ ਨਹੀਂ, ਅਕਾਲੀਆਂ ਨਾਲ ਉਹ ਕਰਦੇ ਨਹੀਂ, ਝਾੜੂ ਨਾਲ ਉਹਨਾਂ ਦਾ ਹੋ ਸਕਦਾ। ਹਾਂ, ਯਾਨੀ ਕਿ ਆਸਾਰ ਨੇ ਜਿਹੜੇ ਉਹ ਕਾਂਗਰਸ ਦਾ ਹੋ ਸਕਦਾ ਝਾੜੂ ਨਾਲ? ਹਾਂ ਹਾਂ ਹਾਂ, ਪੂਰੇ ਕਾਂਗਰਸ ਸੀਟਾਂ ਵੱਧ ਲੈ ਕੇ ਜਾਊਗੀ, ਝਾੜੂ ਉਹਨਾਂ ਦੇ ਨਾਲ ਜੁੜ ਸਕਦਾ ਹੈਗਾ। ਹਾਂ ਬਿਲਕੁਲ ਜੀ। ਸੋ ਗੱਲਬਾਤ ਲਗਾਤਾਰ ਜਾਰੀ ਆ ਕਿ ਕਿਹਦੀ ਪੰਜਾਬ 'ਚ ਸਰਕਾਰ ਬਣ ਸਕਦੀ ਆ, ਕਿਉਂਕਿ 10 ਮਾਰਚ ਬਿਲਕੁਲ ਨੇੜੇ ਆ, ਚੋਣ ਨਤੀਜੇ ਆਉਣੇ ਨੇ, ਕਿਹੜੀ ਪਾਰਟੀ ਦੀ ਸਰਕਾਰ ਬਣੂ? ਗੱਲਬਾਤ ਇਹੀ ਸਾਹਮਣੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਨੂੰ ਬਹੁਮਤ ਆ ਸਕਦਾ, ਜੇ ਬਹੁਮਤ ਨਾ ਆਇਆ ਤਾਂ ਕਾਂਗਰਸ ਪਾਰਟੀ ਨਾਲ ਅਲਾਇੰਸ ਹੋਊ, ਕਿਉਂਕਿ ਪਹਿਲਾਂ ਅਲਾਇੰਸ ਦਿੱਲੀ 'ਚ ਹੋਇਆ ਪਰ ਸਰਕਾਰ ਨਹੀਂ ਚੱਲੀ। ਪੰਜਾਬ 'ਚ ਸਰਕਾਰ ਚੱਲੂ ਜਾਂ ਨਾ ਚੱਲੂ ਜਾਂ ਹੋਰ ਪਾਰਟੀਆਂ ਅਲਾਇੰਸ ਕਰਨਗੀਆਂ। ਸੋ ਬਾਈ ਜੀ ਸਾਡੇ ਨਾਲ ਮੌਜੂਦ, ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸੁਣਾਓ, ਕੀ ਹਾਲ ਚਾਲ ਨੇ? ਠੀਕ ਹੈ ਜੀ, ਵਧੀਆ ਜੀ। ਹਾਂਜੀ, 10 ਮਾਰਚ ਆ ਰਹੀ ਹੈ ਜੀ, ਕੀ ਲੱਗਦਾ ਪੰਜਾਬ ਦਾ ਕਿਹੜੀ ਸਰਕਾਰ ਆ ਸਕਦੀ ਹੈ, ਬਹੁਮਤ ਕਿਹਨੂੰ ਮਿਲ ਸਕਦੀ ਹੈ? ਕੁਛ ਨਹੀਂ ਕਿਹਾ ਜਾ ਸਕਦਾ ਜਿਹਦੇ ਬਾਰੇ, ਹਾਲ ਵੋਟਰ ਦਾ ਕੋਈ ਪਤਾ ਨਹੀਂ ਵੀ ਕਿੱਥੇ ਵੋਟ ਪਾਈ ਹੈ, ਤਾਂ 10 ਮਾਰਚ ਨੂੰ ਪਤਾ ਲੱਗੇਗਾ। ਵੈਸੇ ਚਲੋ ਆਪਣੀ ਜੱਜਮੈਂਟ ਹੁੰਦੀ ਆ ਵੀ ਐਤਕੀ ਆਸਾਰ ਤੇ ਜਿਹੜੀ ਹਵਾ ਐਵੇਂ ਜੇ ਚੱਲਦੀ ਸੀ ਜੀ ਵੀ ਕਿਹਦੀ ਝਾੜੂ ਦੀ ਚੱਲ ਰਹੀ ਹੈ, ਬਾਕੀ ਦੇਖੋ ਹੁਣ ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ। ਤੁਸੀਂ ਇੱਥੇ ਹਲਕਾ ਸੰਗਰੂਰ ਤੋਂ? ਨਹੀਂ, ਮੈਂ ਇੱਥੋਂ ਪਟਿਆਲਾ ਭਵਾਨੀਗੜ੍ਹ ਤੋਂ ਜੀ। ਹਾਂਜੀ ਹਾਂਜੀ, ਇੱਥੇ ਇੱਥੇ ਕੀ ਲੱਗਦੀ ਹੈ ਜੱਜਮੈਂਟ, ਇੱਥੇ ਹਵਾ ਕਿਹਦੀ ਆ? ਇੱਥੇ ਤਾਂ ਵੈਸੇ ਦੋਨੇ ਪਾਰਟੀਆਂ ਦਾ, ਸਿੰਗਲਾ ਸਾਹਿਬ ਦਾ ਅਤੇ ਦੂਜੀ ਆਮ ਆਦਮੀ ਪਾਰਟੀ ਦਾ, ਦੋਨਾਂ ਦੀ ਦੋਨਾਂ ਦੀ ਟੱਕਰ ਆ ਜੀ ਆਪਸ ਵਿੱਚ ਪੂਰੀ ਪੂਰੀ ਜੀ। ਹਾਂਜੀ, ਬਾਕੀ ਪੰਜਾਬ ਲੈਵਲ ਦੀ ਗੱਲ ਕਰਦਿਆਂ ਵਿੱਚ ਗੱਲਬਾਤ ਇਹ ਵੀ ਸਾਹਮਣੇ ਆਉਂਦੀ ਆ ਵੀ ਬਹੁਮਤ ਆਮ ਆਦਮੀ ਪਾਰਟੀ ਨੂੰ ਮਿਲੂ, ਜੇ ਨਾ ਮਿਲਿਆ ਜੀ ਤਾਂ ਗੱਠਜੋੜ ਕਿਹੜੀ ਨਾਲ ਹੋਊਗੀ, ਕਾਂਗਰਸ ਨਾਲ ਹੋ ਸਕਦਾ, ਇਹ ਗੱਲ ਹੋ ਸਕਦੀ? ਪੇਪਰਾਂ 'ਚ ਖਬਰਾਂ ਆਈ ਜਾਂਦੇ ਨੇ ਜੀ, ਬੀਜੇਪੀ ਕਹੀ ਜਾਂਦੀ ਅਕਾਲੀ ਪਾਰਟੀ ਨੂੰ ਪੁਜੈਸ਼ਨ 'ਚ ਲੈ ਜਾਣਾ, ਅਤੇ ਕਾਂਗਰਸ ਕਹੀ ਜਾਂਦੀ ਆ ਵੀ ਸ਼ਾਇਦ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਮਿਲਾ ਲੈਣ ਪੁਜੈਸ਼ਨ 'ਚ, ਸਰਕਾਰ ਤਾਂ ਬਣੇਗੀ ਨਾ ਕਿਸੇ ਦੀ ਤਾਂ। ਪਰ ਜੇ ਤਾਲਮੇਲ ਦੀ ਗੱਲ ਕਰੀਏ ਲੱਗਦਾ ਇਹ ਆ ਵੀ ਆਮ ਆਦਮੀ ਪਾਰਟੀ ਦਾ ਗੱਠਜੋੜ ਕਾਂਗਰਸ ਨਾਲ ਹੋ ਸਕਦਾ, ਦੂਜੀਆਂ ਨਾਲ ਨਹੀਂ ਹੋ ਸਕਦਾ। ਉੱਧਰੋਂ ਬੀਜੇਪੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਗੱਲ, ਜੇ ਅਲਾਇੰਸ ਹੁੰਦਾ ਤਾਂ ਇਹ ਵੀ ਬਣਾ ਸਕਦੇ? ਉਹਨਾਂ ਦਾ ਹੋ ਸਕਦਾ ਕਿਉਂਕਿ ਆਲਰੇਡੀ ਪਹਿਲਾਂ ਤਾਂ ਚੱਲਦਾ ਰਿਹਾ ਬੀਜੇਪੀ ਅਤੇ ਅਕਾਲੀ ਪਾਰਟੀ ਦਾ, ਠੀਕ ਹੈ ਨਾ, ਉਹਨਾਂ ਦੇ ਚੱਲਦੇ ਆ, ਪਰ ਇਹਨਾਂ ਦਾ ਪਹਿਲੀ ਵਾਰੀ ਹੋਏਗਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜੇ ਹੋਇਆ ਤਾਂ ਪਹਿਲੀ ਵਾਰੀ ਹੋਏਗਾ। ਬਾਕੀ 10 ਮਾਰਚ ਨੂੰ ਪਤਾ ਲੱਗੋ, ਦੇਖੋ ਕੀ ਬਣਦਾ। ਬਾਕੀ ਜੇ ਦੇਖੀਏ ਦਿੱਲੀ 'ਚ ਅਲਾਇੰਸ ਹੋਇਆ ਸੀ ਇਹਨਾਂ ਦਾ ਕਾਂਗਰਸ ਪਾਰਟੀ ਨਾਲ, ਪਰ ਸਰਕਾਰ ਨਹੀਂ ਚੱਲੀ, ਸਰਕਾਰ ਕੁਛ ਹੀ ਦਿਨ ਚੱਲੀ ਆ ਜੀ, ਤਕਰੀਬਨ 49 ਦਿਨ ਚੱਲੀ ਸੀ। ਤੁਹਾਨੂੰ ਕੀ ਲੱਗਦਾ ਵੀ ਇੱਥੇ ਪੰਜਾਬ 'ਚ ਚੱਲੀ ਜਾਊ ਦਿੱਲੀ ਵਾਲਾ? ਐਕਚੁਲੀ ਗੱਲ ਇਹ ਹੈ ਜੀ, ਗੱਲ ਇਹ ਹੈ ਕਿਉਂਕਿ ਦਿੱਲੀ ਦੀ ਜਿਹੜੀ ਪੁਲਿਸ ਸੀ ਉਹ CM ਦੇ ਅੰਡਰ ਨਹੀਂ ਸੀ, ਮੇਨ ਕਾਰਨ ਜਦੋਂ ਪ੍ਰਸ਼ਾਸਨ ਹੀ ਨਹੀਂ CM ਦੇ ਅੰਡਰ, ਉਹ ਦੇਖੋ ਜੋ ਮਰਜ਼ੀ ਕਰ ਸਕਦੀ ਹੈ, ਹੈ ਨਾ, ਇਹ ਚੀਜ਼ ਆ। ਹਾਲਾਤ ਫਰਕ ਆ ਇੱਥੇ ਪੰਜਾਬ ਅਤੇ ਆਪਣਾ ਦਿੱਲੀ ਦਾ ਜੀ? ਦਿੱਲੀ ਦਾ ਬਿਲਕੁਲ ਜੀ, ਬਿਲਕੁਲ ਜ਼ਮੀਨ ਅਸਮਾਨ ਦਾ, ਠੀਕ ਹੈ। ਬੇਸਬਰੀ ਨਾਲ ਇੰਤਜ਼ਾਰ ਅੱਜ 10 ਮਾਰਚ ਤੋਂ ਨਿਗਾਹ ਟਿਕਣਗੀਆਂ ਟੀਵੀਆਂ 'ਤੇ? ਹਾਂਜੀ ਹਾਂਜੀ, ਪੂਰੀਆਂ ਜੀ, ਪੂਰੀਆਂ ਜੀ, ਪੂਰੀਆਂ, ਬਿਲਕੁਲ ਜੀ। ਸੋ ਲਗਾਤਾਰ ਜੋ ਗੱਲਬਾਤ ਸਾਹਮਣੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲਣਗੀਆਂ, ਕਾਂਗਰਸ ਪਾਰਟੀ ਨਾਲ ਜ਼ਿਆਦਾ ਟੱਕਰ ਆ। ਹਲਕਾ ਸੰਗਰੂਰ ਦੀ ਗੱਲ ਕਰੀਏ, ਹੋਰ ਵੀ ਜਿਹੜੇ ਵੀ ਹਲਕਿਆਂ ਦੀ ਗੱਲ ਕਰਦੇ ਹਾਂ, ਉੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਂਦੀ ਆ ਜਾਂ ਕਾਂਗਰਸ ਦੀ, ਅਤੇ ਗੱਲ ਇਹ ਵੀ ਸਾਹਮਣੇ ਆ ਰਹੀ ਆ ਕਿਉਂਕਿ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਨੇ ਵੀ ਇਹ ਬਿਆਨ ਜਾਰੀ ਕੀਤਾ ਕਿ ਸਾਡਾ ਅਲਾਇੰਸ ਹੋ ਸਕਦਾ, ਕਾਂਗਰਸ ਦਾ ਅਲਾਇੰਸ ਆਮ ਆਦਮੀ ਪਾਰਟੀ ਨਾਲ ਹੋ ਸਕਦਾ। ਹੁਣ ਦੇਖਣਾ ਹੋਵੇਗਾ ਕਿ 10 ਮਾਰਚ ਨੂੰ ਕਿਹਦੀਆਂ ਸੀਟਾਂ ਵੱਧ ਆਉਂਦੀਆਂ ਨੇ, ਬਹੁਮਤ ਕਿਸੇ ਨੂੰ ਮਿਲਦੀ ਆ ਜਾਂ ਨਹੀਂ, ਜਾਂ ਅਲਾਇੰਸ ਹੁੰਦਾ ਅਤੇ ਕਿਹੜੀ ਪਾਰਟੀ ਨਾਲ, ਕਿਹੜੀ ਪਾਰਟੀ ਦਾ ਅਲਾਇੰਸ ਹੋਵੇਗਾ। ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।